ਕੈਨੇਡਾ ਪੀਆਰ ਦੇ ਚਾਹਵਾਨ ਸਟੂਡੈਂਟਾਂ ਅਤੇ ਹੋਰ ਲੋਕਾਂ ਦੇ ਲਈ ਵੱਡੀਆਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈਆਂ ਹਨ ਅਤੇ ਕੀ ਹਨ ਇਹ ਅਪਡੇਟਸ ਅਤੇ ਕਿਹਨਾਂ ਪ੍ਰੋਵਿੰਸਿਸ ਤੋਂ ਇਹ ਅਪਡੇਟ ਸਾਹਮਣੇ ਆਈਆਂ ਹਨ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ। ਕੈਨੇਡਾ ਦੇ ਕਈ ਪ੍ਰੋਵਿੰਸਿਸ ਤੋਂ ਜੋ ਵੱਡੀਆਂ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈਆਂ ਹਨ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਕੈਨੇਡਾ ਦਾ ਓਨਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵੀ ਸ਼ਾਮਿਲ ਹੈ। ਸ਼ੁਰੂਆਤ ਕਰਦੇ ਹਾਂ ਓਨਟਾਰੀਓ ਤੋਂ। ਓਨਟਾਰੀਓ ਦੇ ਵੱਲੋਂ 20 ਸਤੰਬਰ ਨੂੰ ਨਵਾਂ PNP ਐਡਰਾ ਐਲਾਨਿਆ ਗਿਆ ਹੈ ਅਤੇ ਇਸ ਟਰਾਅ ਦੇ ਵਿੱਚ ਓਨਟਾਰੀਓ ਦੇ ਵੱਲੋਂ 823 ਕੈਂਡੀਡੇਟਸ ਨੂੰ ਓਨਟਾਰੀਓ ਇਮੀਗ੍ਰੇਟ ਨੋਮਰੀ ਪ੍ਰੋਗਰਾਮ ਦੀ ਮਾਸਟਰ ਗ੍ਰੈਜੂਏਟ ਸਟਰੀਮ ਦੇ ਅਧੀਨ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਲਈ ਐਲੀਜੀਬਲ ਹੋਣ ਦੇ ਲਈ ਕੈਂਡੀਡੇਟਸ ਦੇ ਕੋਲ ਘੱਟੋ ਘੱਟ 33 ਜਾਂ ਇਸ ਤੋਂ ਵੱਧ ਦਾ ਸਕੋਰ ਚਾਹੀਦਾ ਸੀ ਅਤੇ ਇਸ ਦੇ ਨਾਲ ਹੀ ਇਸ ਸਟਰੀਮ ਦੇ ਵਿੱਚ ਕੈਂਡੀਡੇਟਸ ਨੂੰ ਬੇਸਲਾਈਨ ਕ੍ਰਾਈਟੀਰੀਆ ਵੀ ਪੂਰਾ ਕਰਨਾ ਪੈਂਦਾ ਹੈ ਜਿਵੇਂ ਕਿ ਕੈਂਡੀਡੇਟ ਦੇ ਕੋਲ ਓਨਟਾਰੀਓ ਦੀ ਐਲੀਜੀਬਲ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹੋਣੀ ਜ਼ਰੂਰੀ ਚਾਹੀਦੀ ਹੈ ਅਤੇ ਜੇਕਰ ਲੈਂਗੁਏਜ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ CLB ਲੈਵਲ 7 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਕੈਂਡੀਡੇਟ ਦਾ ਓਨਟਾਰੀਓ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚੋਂ ਘੱਟੋ ਘੱਟ 1 ਸਾਲ ਬਿਤਾਇਆ ਹੋਣਾ ਜ਼ਰੂਰੀ ਚਾਹੀਦਾ ਹੈ। ਓਨਟਾਰੀਓ ਕੈਨੇਡਾ ਦਾ ਇੱਕ ਪਾਪੂਲਰ ਪ੍ਰੋਵਿੰਸ ਹੈ ਅਤੇ ਓਨਟਾਰੀਓ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਨਿਊ ਕਮਰਸ ਦਾ ਸਵਾਗਤ ਕੀਤਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਕਿਊਬਿਕ ਦੀ। ਕਿਊਬਿਕ ਦੇ ਵੱਲੋਂ 1202 ਸਕਿਲਡ ਵਰਕਰਸ ਨੂੰ 8 ਸਤੰਬਰ ਨੂੰ ਇਨਵਾਈਟ ਕੀਤਾ ਗਿਆ ਹੈ ਕਿ ਉਹ ਪਰਮਾਨੈਂਟ ਸਿਲੈਕਸ਼ਨ ਦੇ ਲਈ ਅਪਲਾਈ ਕਰਨ ਅਤੇ ਕਿਊਬਿਕ ਦੇ ਵੱਲੋਂ ਕੱਢਿਆ ਗਿਆ ਇਹ ਡਰਾ 10ਵਾਂ ਅਤੇ ਸਭ ਤੋਂ ਵੱਡਾ ਡਰਾ ਹੈ। 2022 ਦਾ ਅਰੀਮਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਅਧੀਨ MIFI ਦੇ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਜੋ ਕਿਊਬਿਕ ਦੇ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਦੇ ਅਧੀਨ ਅਪਲਾਈ ਕਰ ਰਹੇ ਸਨ ਅਤੇ ਨਾਲ ਹੀ ਇਨਵੀਟੇਸ਼ਨ ਉਹਨਾਂ ਉਮੀਦਵਾਰਾਂ ਨੂੰ ਮਿਲੇ ਹਨ ਜਿਨ੍ਹਾਂ ਦੀਆਂ ਪ੍ਰੋਫਾਈਲ ਕਿਊਬਿਕ ਦੇ ਅਰੀਮਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਵਿੱਚ ਸਨ ਅਤੇ ਸਕੋਰ ਘੱਟੋ ਘੱਟ 620 ਸੀ। ਅਤੇ ਤੁਹਾਨੂੰ ਇਹ ਦੱਸ ਦਈਏ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਕਿਊਬਿਕ ਦੇ ਵੱਲੋਂ ਪਰਮਾਨੈਂਟ ਸਿਲੈਕਸ਼ਨ ਦੇ ਲਈ ਅਪਲਾਈ ਕਰਨ ਵਾਸਤੇ ਇਨਵੀਟੇਸ਼ਨ ਭੇਜੇ ਗਏ ਹਨ ਉਹਨਾਂ ਦੇ ਕੋਲ 60 ਦਿਨ ਦਾ ਸਮਾਂ ਹੈ ਆਪਣੀ ਐਪਲੀਕੇਸ਼ਨ ਅਤੇ ਪ੍ਰੋਸੈਸਿੰਗ ਫੀਸ ਜਮ੍ਹਾਂ ਕਰਨ ਦੇ ਲਈ। ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ 21 ਸਤੰਬਰ ਨੂੰ 352 ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਹੈ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ। ਜ਼ਿਆਦਾਤਰ ਉਮੀਦਵਾਰਾਂ ਨੂੰ ਟੈਕ ਆਕੂਪੇਸ਼ਨਸ ਦੇ ਲਈ ਕੱਢੇ ਗਏ ਸਪੈਸੀਫਿਕ ਟਰਾਅ ਦੇ ਅਧੀਨ ਇਨਵਾਈਟ ਕੀਤਾ ਗਿਆ ਹੈ ਅਤੇ ਇਹ ਗਿਣਤੀ 341 ਸੀ। ਅਤੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਨਵੀਟੇਸ਼ਨ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀਜ਼ ਜਿਸ ਦੇ ਵਿੱਚ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਵੀ ਸ਼ਾਮਿਲ ਹਨ ਉਹਨਾਂ ਨੂੰ ਜਾਰੀ ਕੀਤੇ ਗਏ ਹਨ ਅਤੇ ਇਸ ਟਰਾਅ ਦੇ ਵਿੱਚ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਕੈਂਡੀਡੇਟਸ ਵੀ ਸ਼ਾਮਿਲ ਸਨ। ਬਿਊਰੋ ਰਿਪੋਰਟ, ਖਬਰ ਪੰਜਾਬੀ।